ਹੁਣੇ ਖਬਰ ਦੇਖ ਕੇ ਹਟਿਆ ਮੈਂ ਜੀ ਕਿ ਦੁਆਬੇ ਦੇ ਵਿੱਚ ਗੁਰਾਇਆਂ ਦੇ ਕੋਲ ਜਿਹੜਾ ਮਨਸੂਰ ਪੂਰਾ ਪਿੰਡ ਆ ਜੀ ਉੱਥੇ ਇੱਕ ਬੜੀ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਸਾਡੇ ਵਾਸਤੇ ਇੱਕ ਰੂਹ ਨੂੰ ਝੰਡੋੜ ਦੇਣ ਵਾਲੀ ਘਟਨਾ ਵਾਪਰੀਆ ਜੀ ਤੁਸੀਂ ਦੇਖ ਲਿਆ ਹੋਣਾ ਸ਼ਾਇਦ ਤੁਸੀਂ ਅੱਜ ਨਿੱਜੀ ਰਜੇਵੇਂ ਕਰਕੇ ਨਹੀਂ ਦੇਖਿਆ ਹੋਣਾ ਟੀਵੀ ਦੋ ਬੰਦੇ ਵੜਦੇ ਨੇ ਗੁਰੂ ਘਰ ਸਾਡੇ 12:30 ਵਜੇ ਦੇ ਕਰੀਬ ਜੀ ਕਿਉਂਕਿ ਸੀਸੀਟੀਵੀ ਲਗੇ ਹੋਏ ਨੇ ਅੱਜ तकरीबन ਹਰ ਇੱਕ ਗੁਰੂ ਘਰ ਦੇ ਵਿੱਚ ਲਗੇ ਹੋਏ ਨੇ ਜੀ ਜੀ ਤੇ ਜਦੋਂ 5:00 ਵਜੇ ਬਾਬਾ ਜੀ ਆਉਂਦੇ ਨੇ ਜੀ ਉਦੋਂ ਤੀ ਕੋ ਬਹੁਤ ਖਲਾਰਾ ਪਾ ਚੁੱਕੇ ਹੁੰਦੇ ਆ ਜੀ ਇਥੋਂ ਤੱਕ ਕਿ ਕੁਝ ਰਿਪੋਰਟਾਂ ਤੇ ਵੀ ਦੱਸਦੀਆਂ ਨੇ ਕਿ ਉਹਨਾਂ ਨੇ ਉੱਥੇ ਨਾ ਸਿਰਫ ਤੰਬਾਕੂ ਦਾ ਸੇਵਨ ਕੀਤਾ ਬਲਕਿ ਥੁੱਕਿਆ ਵੀ ਕਥੇ ਤੌਰ ਤੇ ਵੀ ਕਿਹਾ ਜਾ ਰਿਹਾ ਵਾ ਜੀ ਬੜੀ ਹੈਰਾਨੀ ਹੁੰਦੀ ਹੈ ਕਿ 4-5 ਘੰਟੇ ਉਹ ਇਹ ਸਾਰਾ ਕੁਝ ਕਰਦੇ ਰਹੇ ਖੀਰ ਜਦੋਂ ਬਾਬਾ ਜੀ ਆਉਂਦੇ ਨੇ ਤੇ ਸੀਸੀਟੀਵੀ ਚ ਵੇਖਿਆ ਜਾ ਸਕਦਾ ਕਿ ਉਹਦੇ ਤੇ ਵੀ ਹਮਲਾ ਕਰ ਦਿੱਤਾ ਜਾਂਦਾ ਜੀ ਪਰ ਦਲੇਰ ਸੀ ਗੁਰੂ ਦਾ ਸਿੱਖ ਇੱਕ ਤੇ ਭੱਜ ਬਗਾ ਇੱਕ ਨੂੰ ਉਹਨੇ ਵੱਲ ਲਿਆ ਹਾਲਾਂਕਿ ਉਹਦੇ ਕੁਲ ਦੂਜੇ ਕੁਲ ਜਿਹੜਾ ਉਥੇ ਆਇਆ ਸੀ ਗੁਰੂ ਘਰ ਦੇ ਵਿੱਚ ਦੋਆਂ ਚੋਂ ਇੱਕ ਜਿਹੜਾ ਰਹਿ ਗਿਆ ਉਹਦੇ ਕੋਲ ਦੱਸਦੇ ਕੋਈ ਚੀਜ਼ ਹੈਗੀ ਸੀਗੀ ਮਾਰਨ ਵਾਸਤੇ ਕੀ ਸੀ ਕੀ ਨਹੀਂ ਪਤਾ ਨਹੀਂ ਆ ਪਰੰਤੂ ਬਾਬਾ ਜੀ ਨੇ ਦਲੇਰੀ ਦੇ ਨਾਲ ਉਹਨੂੰ ਕਾਬੂ ਕਰਨਿਆ ਲੋਕਾਂ ਨੂੰ ਬੁਲਾ ਲਿਆ ਹੁਣ ਇੱਕ ਨੂੰ ਜਿਹੜਾ ਦੂਜਾ ਸੀ ਉਹਨੂੰ ਫੜ ਲਿਆ ਪੁਲਿਸ ਨੇ ਇੱਕ ਜਿਹੜਾ ਲੋਕਾਂ ਦੇ ਕੋਲ ਆ ਉਹ ਹਾਲੇ ਉਥੇ ਹੀ ਆ ਅੱਛਾ ਜੀ ਤੇ ਉਥੇ ਇਕੱਠ ਬਹੁਤ ਜ਼ਿਆਦਾ ਹੋ ਗਿਆ ਜੀ ਲੋਕ ਚੜੇ ਆ ਉਹ ਮੰਗ ਕਰ ਰਹੇ ਆ ਕਿ ਨਿਆਂ ਦਿਓ ਕਿਦਾਂ ਦਿਓਗੇ ਕਿ ਪਹਿਲੀ ਗੱਲ ਤੇ ਆ ਕਿ ਇਹ سلسلہ ਕਿਉਂ ਨਹੀਂ ਰੁਕਦਾ ਪਿਆ ਤੇ ਦੂਜਾ ਇਹ ਆ ਕਿ ਕਾਨੂੰਨ ਬੜਾ ਕਮਜ਼ੋਰ ਹੈ ਜੀ ਹੁਣ ਮਾਨ ਸਾਹਿਬ ਉੱਥੇ ਉਸ ਤਰ੍ਹਾਂ ਦੀ ਹਾਲਤ ਹੈ ਤੁਹਾਨੂੰ ਪਤਾ ਅੱਗੇ ਵੀ ਇੱਕ ਇਸੇ ਤਰ੍ਹਾਂ ਹੀ ਬੰਦਾ ਫੜਿਆ ਇਕੱਠ ਹੋ ਗਿਆ ਪੁਲਿਸ ਵੇਖਦੀ ਰਹੀ ਫਿਰ ਉਹਨੂੰ ਵਾਰ ਦਿੱਤਾ ਗਿਆ ਜੀ ਬਾਅਦ ਚ ਉਹਦੀਆਂ ਤਸਵੀਰਾਂ ਦੂਜੀਆਂ ਨਿਕਲ ਆਈਆਂ ਕਿ ਮੈਂਟਲੀ ਉਹ ਠੀਕ ਨਹੀਂ ਸੀਗਾ ਉਹਦੀਆਂ ਕੁਝ ਵੀਡੀਓਜ਼ ਵੀ ਆ ਗਈਆਂ ਜੀ ਪਰ ਉਦੋਂ ਤੱਕ ਇਹ ਸਾਰਾ ਕੁਝ ਹੋ ਚੁੱਕਾ ਸੀਗਾ ਕਲੀਅਕਿ ਜਦੋਂ ਕਮਜ਼ੋਰ ਕਾਨੂੰਨ ਜਾਂ ਕਹਿ ਲੋ ਕਿ ਲਾਡ ਆਰਡਰ ਦੀ ਜਿਹੜੀ ਪਰਸਥਿਤੀ ਸਾਡੀ ਕੁਝ ਐਸੀ ਬਣ ਜਾਏਗੀ ਤਾਂ ਫਿਰ ਜਿਹੜਾ ਇੱਕ ਭਰੋਸਾ ਹੁੰਦਾ ਹੈ ਜੀ ਨਿਆ ਤੰਤਰ ਤੇ ਜੁਡੀਸ਼ਰੀ ਤੇ ਉਹ ਕਮਜ਼ੋਰ ਪੈਂਦਾ ਜੀ ਉਹਦੇ ਵਿੱਚੋਂ ਨਿਕਲਦੀਆਂ ਨੇ ਫਿਰ ਇਹੋ ਜਿਹੀਆਂ ਕਟਨਾਵਾ ਇਹੋ ਜਿਹੀਆਂ ਸਾਜ਼ਿਸ਼ਾਂ ਜੀ ਸੋ ਇਸ ਕਰਕੇ ਸਰਕਾਰ ਨੂੰ ਇਸ ਪਾਸੇ ਵੇਖਣ ਦੀ ਲੋੜ ਹੈ ਤੁਹਾਨੂੰ ਯਾਦ ਹੋਣਾ ਜੀ ਅਸੀਂ ਜਦੋਂ ਸੂਰੀ ਦਾ ਮਰਡਰ ਹੋਇਆ ਜੀ ਉਸ ਤੋਂ ਬਾਅਦ ਪ੍ਰੇਮੀ ਦਾ ਮਰਡਰ ਹੋਇਆ ਉਸ ਵੇਲੇ ਕਿਉਂਕਿ ਅਸੀਂ ਜ਼ਿਆਦਾ ਖੁੱਲ ਕੇ ਇਸ ਕਰਕੇ ਨਹੀਂ ਬੋਲਦੇ ਕਿਉਂਕਿ ਸੈਂਸਿਟਿਵ ਮੁੱਦੇ ਹੁੰਦੇ ਆ ਜੀ ਪਰ ਕਿਤੇ ਨਾ ਕਿਤੇ ਇੱਕ ਖਦਸ਼ਾ ਜਾਂ ਟੁੜਕੂ ਜ਼ਾਹਰ ਕੀਤਾ ਸੀਗਾ ਜੀ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਪੰਜਾਬ 'ਚ ਹੋ ਸਕਦੀਆਂ ਨੇ ਜੀ ਹੁਣ ਇਸ ਘਟਨਾ ਦੇ ਪਿੱਛੇ ਕੀ ਚੋਰੀ ਚਿਕਾਰੀ ਹੀ ਮੰਤਵ ਹੈ ਜਾਂ ਜਦਾਂ ਗੁਰੂ ਘਰ ਦੀ ਗੋਲਖ ਨੂੰ ਤੋੜਿਆ ਮਰੂੜਿਆ ਜਾ ਰਿਹਾ ਹੈ ਕਿ ਉਹੀ ਮੰਤਵ ਹੈ ਜਾਂ ਕੋਈ ਹੋਰ ਮੰਤਵ ਹੈ ਇਹ ਜਾਨਣਾ ਬਹੁਤ ਜ਼ਰੂਰੀ ਆ ਬਹੁਤ ਜ਼ਰੂਰੀ ਆ ਕਿਉਂਕਿ ਅਸੀਂ ਬੜੇ ਨਾਜ਼ੁਕ ਦੌਰ ਚ ਦਾਖਲ ਹੋ ਚੁੱਕੇ ਹਾਂ ਮਾਨ ਸਾਹਿਬ ਇਸ ਨਾਜ਼ੁਕ ਦੌਰ ਦੇ ਵਿੱਚ ਸਰਕਾਰ ਨੂੰ ਬਹੁਤ ਸੰਵੇਦਨਾ ਵਰਤਣੀ ਪਵੇਗੀ ਜੀ ਬਹੁਤ ਗੰਭੀਰਤਾ ਦੇ ਨਾਲ ਇਹਨਾਂ ਮੁੱਦਿਆਂ ਨੂੰ ਨਿਜਿਠਣਾ ਪਵੇਗਾ ਜੀ ਕਿਉਂਕਿ ਕਈ ਵਾਰ ਹੁੰਦਾ ਹੈ ਕਿ ਨਾਜ਼ੁਕ ਦੌਰ ਦੇ ਵਿੱਚ ਇੱਕ ਅੱਧ ਘਟਨਾ ਹਾਲਾਂਕਿ ਆਪਣਾ ਪੰਜਾਬੀਆਂ ਦਾ ਭਾਈਚਾਰਾ ਬਹੁਤ ਮਜ਼ਬੂਤ ਹੈ ਵੈਸੇ ਪਰ ਇੱਕ ਅੱਧ ਦੀ ਘਟਨਾ ਜਿਹੜੀ ਹੁੰਦੀ ਹੈ ਨਾ ਕਈ ਵਾਰ ਫਿਰ ਉਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਟ੍ਰਿਗਰ ਦਾ ਕੰਮ ਕਰਦੀ ਹੈ ਜੀ ਜਾਂ ਕਹਿ ਲੋ ਕਿ ਇੱਕ ਮੌਕਾ ਪੈਦਾ ਕਰ ਦਿੰਦੀ ਹੈ ਜਿਸ ਦੇ ਨਾਲ ਗਾਂ ਬਹੁਤ ਜ਼ਿਆਦਾ ਖਲਾਰਾ ਪੈ ਜਾਂਦਾ ਹੈ ਜੀ ਇਹ ਸਰਕਾਰ ਨੂੰ ਵੇਖਣਾ ਪਵੇਗਾ ਕਿ ਇਸ ਮਾਮਲੇ 'ਚ ਕੀ ਕੁਝ ਕੀਤਾ ਜਾ ਸਕਦਾ ਹੈ ਜੀ ਸਖਤੀ ਦੇ ਨਾਲ ਪੇਸ਼ ਆਉਣਾ ਚਾਹੀਦਾ ਔਰ ਇਨਵੈਸਟੀਗੇਸ਼ਨ ਜਿਹੜੀ ਉਹ ਐਸੀ ਹੋਣੀ ਚਾਹੀਦੀ ਆ ਕਿ ਤੁਸੀਂ ਧੁਰ ਤੱਕ ਜਾਓ ਕੀ ਅਸਲ ਦੇ ਵਿੱਚ ਮਕਸਦ ਕੀ ਹੈ ਨਾ ਘਟਨਾਵਾਂ ਦਾ ਜਾਂ ਇਹਨਾਂ ਲੋਕਾਂ ਦਾ ਜੀ ਬਿਲਕੁਲ ਬਿਲਕੁਲ ਮਿੱਟੂ ਜੀ ਔਰ ਲਗਾਤਾਰ ਇਸ ਤਰ੍ਹਾਂ ਦੀ ਵਾਰਦਾਤਾਂ ਹੋ ਰਹੀਆਂ ਉਹਦੇ ਵਿੱਚ ਜਿਹੜੇ ਦੋਸ਼ੀ ਫੜੇ ਜਾਂਦੇ ਫਿਰ ਉਹਨਾਂ ਨੂੰ ਕੁਝ ਸਜ਼ਾ ਨਹੀਂ ਦੀ ਕੋਈ ਵੀ ਹਾਂ ਜੀ ਹਾਂ ਕੇਸ ਬੜਾ ਕਮਜ਼ੋਰ ਹੈ ਤੁਸੀਂ ਦੇਖੋ ਹਾਈ ਗੱਲਾਂ ਪਿਛਲੇ 4-5 ਸਾਲ ਤੋਂ ਆਪਾਂ ਕਰਦੇ ਆ ਰਹੇ ਹਾਂ ਖਾਸ ਤੌਰ ਤੇ ਜਦੋਂ 2015 ਵਾਲੀਆਂ ਘਟਨਾਵਾਂ ਵਾਪਰੀਆਂ ਅਸੀਂ ਗਰਾਊਂਡ ਤੇ ਸੀਗੇ ਉਸ ਟਾਈਮ ਵੇਖਿਆ ਪੰਜਾਬ ਦਾ ਮਤਲਬ ਕਿ ਜਿਸ ਤਰ੍ਹਾਂ ਦਾ ਉਵਾਲ ਸੀਗਾ ਜਿਸ ਤਰ੍ਹਾਂ ਦਾ ਸੰਗਤਾਂ ਦਾ ਰੋਸ ਸੀਗਾ ਉਦੋਂ ਤੋਂ ਮੰਗ ਉੱਠਦੀ ਹੈ ਕਿ ਭਾਈ ਇਸ ਮਾਮਲੇ 'ਚ ਇੱਕ ਐਸਾ ਕਾਨੂੰਨ ਹੋਣਾ ਚਾਹੀਦਾ ਹੈ ਕਿ ਕਿਸੇ ਅਪਰਾਧੀ ਨੂੰ ਇਹੋ ਜਿਹਾ ਕੰਮ ਕਰਨ ਲੱਗਿਆਂ ਜੀ ਇਹੋ ਜਿਹਾ ਕਾਰਾ ਕਰਨ ਲੱਗਿਆਂ ਡਰ ਲੱਗੇ ਜੀ ਉਹ ਡਰ ਬਹੁਤ ਤਗੜਾ ਡਰ ਹੋਣਾ ਚਾਹੀਦਾ ਹੈ ਹੁਣ 295 ਐ ਲੱਗਦੀ ਆ 295 'ਚ ਆਪਾਂ ਨੂੰ ਪਤਾ ਹੀ ਆ ਕਿ ਭਾਈ ਉਹ ਜਿਹੜੀਆਂ ਮਤਲਬ ਕਿ ਜਿੱਦਾਂ ਕਹ ਲੋ ਚੀਜ਼ਾਂ ਉਹੀ ਵਾਪਰ ਦੀਆਂ ਨੇ ਕਿ ਕਿਤੇ ਚਲੋ ਕਿਸੇ ਵਿਰਲੇ ਵਾਂਝੇ ਕੇਸ ਦੇ ਵਿੱਚ ਸਜ਼ਾ ਵੀ ਹੋ ਜਾਂਦੀ ਹੈ ਸਜ਼ਾ 300 3 ਸਾਲ ਤੋਂ ਵੱਧ ਹੁੰਦੀ ਨਹੀਂ ਹੈ ਉਹ ਮੌਕੇ ਤੇ ਜ਼ਮਾਨਤ ਹੋ ਜਾਂਦੀ ਹੈ ਜੀ ਆ ਪ੍ਰੇਮੀਆ ਨੂੰ ਇੱਕ ਕੇਸ ਦੇ ਵਿੱਚ ਹੋਈ ਵੀ ਹੈ ਨਾ ਜੀ 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 ਕੀ ਹੋਇਆ ਪੈਰ ਤੇ ਜ਼ਮਾਨਤ ਮਿਲ ਜਾਂਦੀ ਆ ਖੜੇ ਪੈਰ ਜ਼ਮਾਨਤ ਮਿਲ ਜਾਂਦੀ ਆ ਤੁਸੀਂ ਬੌਂਡ ਭਰਿਆ ਆਪਣੇ ਘਰ ਚਲੇ ਗਏ ਪਰ ਗੱਲ ਇਹ ਆ ਕਿ ਉਹ ਨਿਆਂ ਫਿਰ ਅਧੂਰਾ ਨਿਆਂ ਹੈ ਨਾ ਬਿਲਕੁਲ ਜੀ ਕਿ 295 ਇਹ ਠੀਕ ਹੈ ਸਾਰਿਆਂ ਤੇ ਕਿਸੇ ਨੇ ਸਰਕਾਰ ਦੇ ਖਿਲਾਫ ਬੋਲਿਆ ਜਾਂ ਕਿਸੇ ਨੇ ਕੁਝ ਸਮਾਜ ਦੇ ਖਿਲਾਫ ਬੋਲਿਆ ਕੁਝ ਉਹ ਠੀਕ ਆ ਵਖੋ ਬਕਰੇ ਕਾਨੂੰਨਾਂ ਦੇ ਤਹਿਤ ਤੁਸੀਂ ਮਾਮਲੇ ਦਰਜ ਕਰਦੇ ਹੋ ਪਰ ਭਾਵਨਾਵਾਂ ਆਹਤ ਕਰਨ ਦਾ ਉਹ ਇੱਕੋ ਹੀ ਆ ਤੁਹਾਡੇ ਕੋਲ 295 ਈਲਾਕੇ ਨੇ ਬੇੜਾ ਕਰ ਦਿੰਨੇ ਹੋ ਜੀ ਪਰੰਤੂ ਇੱਥੇ ਧਾਰਮਿਕ ਗ੍ਰੰਥ ਨੇ ਜਿਹੜੇ ਸਾਡੇ ਧਾਰਮਿਕ ਅਸਥਾਨ ਨੇ ਕਿਉਂਕਿ ਸਾਡਾ ਸਮਾਜ ਜੋ ਮਰਜ਼ੀ ਆ ਤੁਸੀਂ ਜਿੰਨੇ ਮਰਜ਼ੀ ਜਾਗਰੂਕੋ ਜਿੰਨੇ ਮਰਜ਼ੀ ਤੁਸੀਂ ਕਹਿ ਲੋ ਕਿ ਲਿਬਰਲੋ ਨਾਸਤਿਕੋ ਠੀਕ ਹੈ ਉਹ ਚੀਜ਼ਾਂ ਆਪਣੀ ਜਗ੍ਹਾ ਨੇ ਪਰ ਇੱਕ ਚੀਜ਼ ਤੁਹਾਨੂੰ ਮੰਨਣੀ ਪਵੇਗੀ ਸਾਡਾ ਸਮਾਜ ਜਿਹੜਾ ਇੱਕ ਮਤਲਬ ਕਿ ਇੱਕ ਚੱਕਰ ਕੱਟਦਾ ਹੈ ਉਹਦਾ ਧੁਰਾ ਧਰਮ ਹੀ ਹੈ ਜੀ ਜੀ ਸਾਨੂੰ ਇਹ ਸੋਚਣਾ ਪਵੇਗਾ ਕਿ ਉਹਨਾਂ ਚੀਜ਼ਾਂ ਤੋਂ ਬਾਅਦ ਫਿਰ ਰਾਜਨੀਤੀ ਬਹੁਤ ਕੁਝ ਕਰਦੀ ਆ ਅੱਗੇ ਜਾ ਕੇ ਬਿਲਕੁਲ 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 ਮਿੰਟੂ ਜੀ ਜੀ ਇਧਰ ਬਲਵਿੰਦਰ ਜੀ ਕਹਿ ਰਹੇ ਜੀ ਨੌਜਵਾਨ ਫੋਨ ਵਰਤਦੇ ਰਹਿੰਦੇ ਜਿਵੇਂ ਰਾਤ ਨੂੰ ਵੀ 2-2 ਵਜੇ ਤੱਕ ਤਾਂ ਉਹਨਾਂ ਨੂੰ ਬੇਨਤੀ ਕਰਨ ਕਿ ਗੁਰੂ ਘਰਾਂ ਦੇ ਨੇੜੇ ਇੱਕ ਸ਼ਿਫਟ ਬਣਾ ਕੇ ਹਾਂਜੀ ਪੈਰਾ ਲਾ ਕੇ ਰੱਖੋ ਨਿਗ੍ਹਾ ਰੱਖਣ ਦੀ ਜ਼ਰੂਰਤ ਆ ਲੋੜ ਆ ਜੀ ਤੇ ਇਹੋ ਜਿਹੇ ਬੰਦੇ ਜਿਹੜੇ ਇਸ ਤਰ੍ਹਾਂ ਭੌਂਦੇ ਨੇ ਪਿੰਡਾਂ ਦੇ ਵਿੱਚ ਜੀ ਇਹਨਾਂ ਨੂੰ ਰਾਤ ਨੂੰ ਵੈਸੇ ਸ਼ੱਕ ਦੀ ਨਿਗਾਹ ਨਾਲ ਵੇਖਣਾ ਚਾਹੀਦਾ ਚੋਰੀਆਂ ਬਹੁਤ ਹੋ ਰਹੀਆਂ ਨੇ ਜੀ ਜੀ ਸਭ ਚੋਰੀ ਤੇ ਕੋਈ ਲੋਹਾ ਨਹੀਂ ਛੱਡ ਰਿਹਾ ਬਿਲਕੁਲ ਨਹੀਂ ਛੱਡ ਰਦਾ ਗੁਰੂ ਘਰ ਦੇ ਵਿੱਚ ਸਭ ਨੂੰ ਪਤਾ ਕਿ ਪੈਸਾ ਥੇਲਾ ਚਲੋ ਕਿਰਪਾ ਹੁੰਦੀ ਆ ਤਾਂ ਉੱਥੇ ਤਾਂ ਹੈ ਗੋਲਕ ਵੀ ਪਈ ਆ ਹੋਰ ਵੀ ਜੋ ਆਪਾਂ ਦੇਖਦੇ ਗੁਰੂ ਘਰ ਦਾ ਸਮਾਨ ਜਿਹੜਾ ਉਹ ਕੀਮਤੀ ਹੁੰਦਾ ਹੈ ਬਿਲਕੁਲ ਜੀ ਤਾਂ ਉੱਥੇ ਤਾਂ ਜ਼ਿਆਦਾ ਸੰਭਾਵਨਾ ਰਹਿੰਦੀ ਹੈ ਇਹ ਤੇ ਆ ਦੇਖ ਲਓ ਇਹਨਾਂ ਨੇ ਲੋਹਿਆਂ ਦੀਆਂ ਜਿਹੜੀਆਂ ਉਹ ਪੁਲਾਂਆਂ ਦੀਆਂ ਐਂਗਲਾਂ ਹੁੰਦੀਆਂ ਉਹ ਵੀ ਵੱਡ ਵੱਡ ਖਾ ਲਈਆਂ ਜਿਹੜੇ ਅਨਿਸ਼ੈੜੀ ਕਿਸਮ ਦੇ ਕੁਝ ਲੋਕ ਨੇ ਜੀ ਫਿਰ ਸਾਈਨ ਬੋਰਡ ਜਿਹੜੇ ਸੀਗੇ ਸਾਈਨ ਬੋਰਡ ਆਪਣੇ ਪਹਿਲਾਂ ਲੋਹੇ ਦੇ ਹੁੰਦੇ ਸੀ ਪਿੰਡਾਂ 'ਚ ਦੇਖਿਆ ਹੋਣਾ ਤੁਸੀਂ ਜੀ ਆਪਣੇ ਲੰਬੀ 'ਚ ਕਿੰਨੇ ਸੀਗੇ ਜੀ ਗਰਾਂਟਾਂ ਦਾ ਉਹ ਵੇਰਵਾ ਉਹ ਤੁਸੀਂ ਦੇਖੋ ਹੁਣ ਕਿਹੜੇ ਪਿੰਡ 'ਚ ਹੈ ਗਾਇਬ ਸਾਰੇ ਪਿੰਡਾਂ ਚੋਂ ਚੱਕ ਕੇ ਲੈ ਗਏ ਨੇ ਤਾਂ ਜਿੱਥੇ ਇਹੋ ਜਿਹਾ ਮਾਹੌਲ ਬਣਿਆ ਪਿਆ ਹੋਵੇ ਉੱਥੇ ਗੁਰੂ ਘਰ ਜਿੱਥੇ ਕਿ ਕਹ ਲਓ ਕਿ ਬਹੁਤ ਜ਼ਿਆਦਾ ਆਪਾਂ ਕਹਿੰਦੇ ਆ ਕਿ ਸਜਾਵਟ ਕੀਤੀ ਹੁੰਦੀ ਹੈ ਕੀਮਤੀ ਸਮਾਨ ਹੁੰਦਾ ਹੈ ਤਾਂ ਉੱਥੇ ਤਾਂ ਨਿਗਰਾਨੀ ਐਕਸਟਰਾ ਰੱਖਣ ਦੀ ਲੋੜ ਆ ਹੋਰ ਨਹੀਂ ਤੇ ਜਿੱਥੇ ਸੀਸੀਟੀਵੀ ਆ ਤਾਂ ਘਟੋ ਘਟ ਸੀਸੀਟੀਵੀ ਦੀ ਨਿਗਰਾਨੀ ਵਾਸਤੇ ਬੈਠ ਜਾਓ ਉਹਨਾਂ ਨੂੰ ਵੇਖਦੇ ਤ ਰਹੋ ਜੇ 12:30 ਵਜੇ ਐਂਟਰ ਕਰਤੇ ਨੇ ਦੋ ਜੀ ਇਹ ਦੁਸ਼ਟ ਆਤਮਾ ਵਾਲੇ ਲੋਕ ਜੇ ਐਂਟਰ ਕਰ ਗਏ ਜੇ ਕੋਈ ਵਾਚ ਕਰ ਰਿਹਾ ਹੁੰਦਾ ਉਸ ਟਾਈਮ ਜੀ ਬੈਠਾ ਹੁੰਦਾ ਚਲੋ ਘੰਟਾ-ਘੰਟਾ ਦੋ-ਦੋ ਘੰਟੇ ਵੰਡ ਕੇ ਲਾ ਲਓ ਤਾਂ ਭਈ ਹੋ ਸਕਦਾ ਸੀਗਾ ਉਦੋਂ ਮੌਕੇ ਤੇ ਆ ਕੇ ਇਹਨਾਂ ਨੂੰ ਨਪੜ ਲਿਆ ਜਾਂਦਾ ਬਿਲਕੁਲ ਬਿਲਕੁਲ ਜੀ ਕਿਉਂਕਿ ਪਾਠੀ ਸਿੰਘ ਕੀ ਕਰੇਗਾ ਸੀਸੀਟੀਵੀ ਲਾਉਣ ਦਾ ਕੀ ਫਾਇਦਾ ਜੇ ਮਤਲਬ ਕਿ ਅਗਲੇ ਦਿਨ ਹੀ ਦੇਖਣਾ ਜੀ ਸੀਸੀਟੀਵੀ ਤੇ ਐਸੇ ਕਰਕੇ ਆ ਕਿ ਤੁਸੀਂ ਵੇਂਦੇ ਰਹੋ ਜੀ ਜੀ ਬਿਲਕੁਲ ਬਿਲਕੁਲ ਪੱਟ ਸਿੰਘ ਹੁਣ ਉਹ ਵਿਚਾਰਾ ਉੱਥੇ ਪੱਟ ਸਿੰਘ ਤੋਂ ਰੂਟੀਨ ਹੀ ਆਏਗਾ ਨਾ ਹਾਂ ਜੀ ਹਾਂ ਜੀ ਕਿਉਂਕਿ ਉਹ ਸਾਰਾ ਦਿਨ ਮਿਹਨਤ ਕੀਤੀ ਆ ਬੰਦੇ ਨੇ ਸਾਰਾ ਦਿਨ ਸੇਵਾ ਕੀਤੀ ਆ ਤਾਂ ਖਾਟੋ ਨੇ 4 ਘੰਟੇ ਸੌਣਾ ਵੀ ਆ ਤਾਂ ਮੈਂ ਕਹਿ ਰਿਹਾ ਕਿ ਕੁਝ ਹੋਰ ਦੂਸਰੇ ਜਿਹੜੇ ਪਤਵੰਤੇ ਨੇ ਕੋਈ ਬਜ਼ੁਰਗ ਨੇ ਉਹ ਵੀ ਵੰਡ ਕੇ ਡਿਊਟੀ ਦੇ ਸਕਦੇ ਜੀ 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 ਬਿਲਕੁਲ ਬਿਲਕੁਲ ਮਿੰਟੂ ਜੇ ਇਧਰ ਯਾਰਾਂ ਦੇ ਯਾਰ ਕਹਿ ਰਹੇ ਕਿ ਗੁਰਦੁਆਰਾ ਸਾਹਿਬ ਦੀ ਜਿਹੜੀ ਸੇਫਟੀ ਦੇ ਲਈ ਇਹਨਾਂ ਚੀਜ਼ਾਂ ਦੇ ਲਈ ਕਿਨੇ ਕਮਿਸ਼ਨ ਬਣਾਉਣਾ ਚਾਹੀਦਾ ਜੀ ਸਰਕਾਰਿਆਂ ਐਸਪੀਸੀ ਨੂੰ ਪਿੰਡ ਦੇ ਵਿੱਚ ਕਹਿੰਦੇ ਕਿ ਇਹਨਾਂ ਦਾ ਕੁਝ ਅੱਗੇ ਕਮੈਂਟ ਸੀਗਾ ਦੇਖੋ ਐਸਟਪੀਸੀ ਜਾਂ ਮਤਲਬ ਕਿ ਸ੍ਰੀ ਅਖਾਲ ਤਖਸਾਲ ਸਾਹਿਬ ਉਹ ਵਾਰ-ਵਾਰ ਕਹਿ ਰਹੇ ਨੇ ਕਿ ਭਾਈ ਤੁਸੀਂ ਨਿਗਰਾਨੀ ਕਰੋ ਸੀਸੀਟੀਵੀ ਕੈਮਰੇ ਲਗਾਓ ਸੀ ਵੀ ਸੀਟੀਵੀ ਕੈਮਰੇ ਲੱਗੇ ਹੋਏ ਨੇ ਮਾਨ ਸਾਹਿਬ ਜ਼ਿਆਦਾਤਰ ਗੁਰੂ ਘਰਾਂ 'ਚ ਲੱਗੇ ਹੋਏ ਨੇ ਜੀ ਹਲ ਮੁਸਾਰੇ 'ਚ ਲੱਗੇ ਹੋਣਗੇ ਜੀ ਲੱਗੇ ਹੋਏ ਨੇ ਤੇ ਪਰ باوجود ਇਸ ਤੇ ਇਸ ਤਰ੍ਹਾਂ ਦੇ ਬੰਦੇ ਐਂਟਰ ਹੋ ਰਹੇ ਨੇ ਉਹੀ ਹੈ ਨਾ ਕਿ ਸੀਸੀਟੀਵੀ ਕੈਮਰੇ ਲਾ ਕੇ ਰਾਤ ਨੂੰ ਕੋਈ ਬੰਦਾ ਵੀ ਬਿਠਾਓ ਮਤਲਬ ਕਿ ਜਦੋਂ ਆਪਾਂ ਪਿਛਲੇ ਕੁਝ ਸਮੇਂ ਦੇ ਦੌਰਾਨ ਦੇਖਦੇ ਸੀਗੇ ਤਾਂ ਪਿੰਡ ਚ ਪੈਰਾ ਲੱਗਦਾ ਹੁੰਦਾ ਸੀਗਾ ਅਸੀਂ ਖੁਦ ਵੀ ਪੈਰਾਂ ਤੇ ਖੜਦੇ ਰਹੇ ਠਿਕਰੀ ਪੈਰਾ ਜਿੱਨੂੰ ਆਂਦੇ ਹੁੰਦੇ ਸੀਗੇ ਤਾਂ ਉਹ ਵੀ ਆਪਾਂ ਵਾਰੀ ਆਉਂਦੀ ਸੀ ਨਾ ਹfte ਬਾਅਦ ਜਾਂਦੇ ਸੀ ਤੇ ਜਾ ਕੇ ਮੋੜ ਤੇ ਖਲੋਂਦੇ ਹੁੰਦੇ ਸੀ ਤੇ ਇਸ ਤਰ੍ਹਾਂ ਕੋਈ ਵਾਰੀ ਬੰਨ ਲਵੇ ਵੈਸੇ ਵੀ ਬਜ਼ੁਰਗ ਸਾਡੇ ਜਿਹੜੇ ਉਹ ਨਿੰਦਰਾ ਕੱਟ ਵੀ ਲੈਂਦੇ ਨੇ ਕੋਈ ਵੱਡੀ ਗੱਲ ਨਹੀਂ ਹੈ ਜੀ ਜਾਂ ਕੁਛ ਜਿਹੜੇ ਬਹੁਤ ਧਾਰਮਿਕ ਪ੍ਰਵਿਰਤੀ ਵਾਲੇ ਨੌਜਵਾਨ ਹੁੰਦੇ ਨੇ ਥਰਮਿਕ ਰੂਚੀਆਂ ਵਾਲੇ ਹੁੰਦੇ ਨੇ ਉਹਨਾਂ ਨੂੰ ਇਹ ਸੇਵਾ ਸੰਪੀ ਜਾ ਸਕਦੀ ਹੈ ਕਿ ਤੁਸੀਂ ਭਾਵੇਂ ਮਤਲਬ ਕਿ ਕਿਸੇ ਜਗ੍ਹਾ ਤੇ ਆ ਕੇ ਜਿੱਥੇ ਐਕसेस ਹੋਏਗਾ ਵੀ ਤੁਸੀਂ ਉਹ ਸਕਰੀਨ ਤੇ ਦੇਖ ਸਕਦੇ ਹੋ ਅਡ ਕਮਰਾ ਬਣਾ ਲਓ ਉੱਥੇ ਆ ਕੇ ਬਹਿ ਜਾਓ ਕੋਈ ਗੱਲ ਨਹੀਂ ਹੈ ਬੈਠੋ ਆਪਣਾ ਤੇ ਤੁਸੀਂ ਇੱਕ ਵੰਡਵੀਂ ਰਾਤ ਜਿਹੜੀ ਉਹ ਲਾ ਕੇ ਤੇ ਆਪਣੀ ਡਿਊਟੀ ਦੇ ਨੂੰ ਜੀ ਜੀ ਬਿਲਕੁਲ ਇਹ ਵੀ ਤਾਂ ਸੇਵਾ ਹੀ ਹੈ ਨਹੀਂ ਨਹੀਂ ਬਿਲਕੁਲ ਬਿਲਕੁਲ ਕਿਉਂਕਿ ਸਾਡੇ ਬਜ਼ੁਰਗ ਆਉਂ ਸਵੇਰੇ ਜਲਦੀ ਉੱਠ ਖੜਦੇ ਆ ਕੋਈ 3 ਵਜੇ ਆਸ-ਪਾਸ ਆਹ ਬਸ ਕੋਈ 3-4 ਵਜੇ ਤੱਕ ਨਿਗਰਾਨੀ ਕਰ ਲਓ ਫਿਰ ਤਾਂ ਗੁਰੂ ਘਰ ਦਾ ਜਿਹੜਾ ਗ੍ਰੰਥੀ ਸਿੰਘ ਆ ਉਹਨੇ ਵੀ ਉੱਠਣਾ ਹਾਂ ਜੀ ਹਾਂ ਜੀ ਜਬ ਬਜ਼ੁਰਗ ਹੋਰ ਆ ਜਾਂਦੇ ਆ ਤੇ ਉਹਦੇ ਤੱਕ ਤੁਸੀਂ ਡਿਊਟੀ ਨਿਭਾ ਲਓ ਬਿਲਕੁਲ ਬਿਲਕੁਲ ਜੀ